ਬੀਤੇ ਐਤਵਾਰ ਨੂੰ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮੇ ਦਾ ਦੋ ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਪਿੰਡ ਚੀਮਾ ਵਿਖੇ ਉਹਨਾਂ ਦਾ ਕੀਤਾ ਗਿਆ। ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਹੋਇਆ। ਵੱਡੀ ਸੰਖਿਆ ਦੇ ਵਿੱਚ ਇੱਥੇ ਲੋਕ ਔਰ ਕਈ ਨੇਤਾ ਜਿਹੜੇ ਨੇ ਪਹੁੰਚੇ ਨੇ ਇਸ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਸੇ ਤਰੀਕੇ ਦੂਜੇ ਪਾਸੇ ਗੱਲ ਕਰੀਏ ਤਾਂ ਪੁਲਿਸ ਵੱਲੋਂ ਇਸ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਬਾਠ ਅਤੇ ਦੋ ਅਗਿਆਤ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਔਰ ਕਈ ਸ਼ੱਕੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਵੀ ਲਿਆ ਗਿਆ, ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਇਹਨਾਂ ਜਿਹੜੇ ਗੋਲੀਆਂ ਚਲਾਉਣ ਵਾਲੇ ਹਮਲਾਵਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਜਿਹੜਾ ਅੰਮ੍ਰਿਤਪਾਲ ਸਿੰਘ ਬਾਠ ਹੈ ਉਹ ਵਿਦੇਸ਼ ਦੇ ਵਿੱਚ ਬੈਠਾ ਹੈ ਅਤੇ ਉਸਦੀ ਵੀ ਇਨਵੈਸਟੀਗੇਸ਼ਨ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਮੈਂ ਹੁਣੇ ਗੱਲ ਕਿਹਾ ਕਿ ਹਟਿਆ ਜੀ ਕਿ ਸਾਡਾ ਜਿਹੜਾ ਅਮਨ ਕੁਮਾਰ ਕੋਲਰ ਉਰਫ ਜਿਹਨੂੰ ਆਪਾਂ ਸਾਰੇ ਪਿਆਰ ਨਾਲ ਸੋਨੂੰ ਕਹਿ ਦਿੰਦੇ ਸੀ, ਸੋਨੂੰ ਚੀਮਾ ਕਹਿ ਦਿੰਦੇ ਸੀ, ਉਸਦੇ ਜਾਣ ਦੇ ਨਾਲ ਇੱਕ ਸਨਾਟਾ ਜਿਹਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਸਭ ਥਾਵਾਂ 'ਚ ਪੈ ਗਿਆ। ਬਹੁਤ ਖੁਸ਼ ਦਿਲ, ਬੜਾ ਜ਼ਿੰਦਾ ਦਿਲ ਇਨਸਾਨ ਸੀ, ਹਰੇਕ ਨਾਲ ਚੰਗੀ ਤਰ੍ਹਾਂ ਮੇਲ ਮਿਲਾਪ ਸੀ, ਹਰੇਕ ਨਾਲ ਪਿਆਰ ਦੀ ਗੱਲ, ਛੋਟੇ ਨਾਲ ਛੋਟਾ ਹੋ ਜਾਣਾ, ਬਜ਼ੁਰਗ ਨਾਲ ਬਜ਼ੁਰਗ ਹੋ ਜਾਣਾ, ਹਰੇਕ ਇੱਜ਼ਤ ਦੇਣ ਵਾਲਾ ਇਨਸਾਨ ਸੀ ਔਰ ਵੱਡੀ ਗੱਲ ਇਹ ਹੈ ਕਿ ਦਾਨੀ ਇਨਸਾਨ ਸੀ, ਬਹੁਤ ਵੱਡਾ ਦਾਨੀ ਇਨਸਾਨ ਸੀ। ਆਪਦੇ ਕੋਲੋਂ ਆਪਦੇ ਘਰੋਂ ਇਹਨੇ ਦਾਨ ਕਰਨਾ ਪਰ ਦੱਸਣਾ ਨਹੀਂ ਕਿਸੇ ਨੂੰ, ਇਹ ਨਹੀਂ ਵੀ ਅਖਬਾਰਾਂ 'ਚ ਇਹਦੇ ਵੱਡੇ ਵੱਡੇ ਇਸ਼ਤਿਹਾਰ ਲੱਗਦੇ ਸੀ, ਪਰ ਇਹ ਜ਼ਰੂਰ ਹੈ ਤੁਸੀਂ ਆਪ ਜਾਣਦੇ ਹੋ, ਤੁਸੀਂ ਇੱਥੋਂ ਦੇ ਹੀ ਹੋ, ਤੁਸੀਂ ਵੀ ਇਹ ਪਿੰਡਾਂ 'ਚ ਘੁੰਮਦੇ ਹੋ, ਤੁਸੀਂ ਵੀ ਜਾਣਦੇ ਹੋ ਕਿ ਵੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੂੰ ਦਾ ਕਿੰਨਾ ਜ਼ਿਆਦਾ ਸੰਗਤਾਂ ਦੇ ਵਿੱਚ ਪਿਆਰ ਸੀ।